मैं जदों तेरे ख्वाबा वाले राह तुरिया मैं तुरिया बड़ा ना मैथों जावे मुड़िया वो जीवें रहिंदे पन्ने नाल पन्ने जुड़दे मैं रवां तेरे नाल उन्हां वांगू जुड़िया। एक्सपेरीमेंट्स बाद विच करीदे हुंदे आ जदों तुसीं उस जोन च आ जाओ फिल्मां तुहाडियां चलन लग पवे। ਤਾਂ ਜੀ ਹੁਣ ਦੇਖੋ ਤਾਂ ਹੀ ਤਾਂ ਮੈਂ ਕੁਛ ਕਹਿ ਨਹੀਂ ਰਿਹਾ। ਅੱਜ ਮੈਨੂੰ ਸਾਰੇ ਪੁੱਛ ਰਹੇ ਕਿ ਫਿਲਮ ਬਹੁਤ ਵਧੀਆ ਤੈਨੂੰ ਕਿੱਦਾਂ ਲੱਗੀ। ਆਪਣੀ ਚੀਜ਼ ਨੂੰ ਬੰਦਾ ਵਧੀਆ ਹੀ ਕਹਿੰਦਾ ਹੁੰਦਾ। ਸੋ ਮੈਨੂੰ ਇੱਦਾਂ ਲੱਗਦਾ ਕਿ ਮੇਰੀ ਵੀ ਆਪਣੀ ਜ਼ਿੰਦਗੀ ਆ, ਮੈਂ ਕੀ ਖਾ ਰਿਹਾ, ਕੀ ਕਰ ਰਿਹਾ, ਕੀ ਬੋਲ ਰਿਹਾ, ਕੀ ਪਹਿਨ, ਇਹ ਜ਼ਰੂਰੀ ਨਹੀਂ ਮੈਂ ਸਾਰਿਆਂ ਨੂੰ ਦੱਸਾਂ। ਸਾਰੀਆਂ ਪੰਜਾਬੀ ਫਿਲਮਾਂ ਨੂੰ ਸਪੋਰਟ ਕਰਨਾ ਚਾਹੀਦਾ, ਪੰਜਾਬੀ ਸਿਨੇਮੇ ਨੂੰ ਸਪੋਰਟ ਕਰਨਾ ਚਾਹੀਦਾ ਤਾਂ ਕਿ ਆਪਾਂ ਹੋਰ ਪ੍ਰੋਗਰੈਸ ਕਰ ਸਕੀਏ। ਕਿ ਲੋਕ ਤਾਰੀਫ ਕਰਨ ਜਾਂ ਲੋਕਾਂ ਨੂੰ ਪਸੰਦ ਆਵੇ ਜਾਂ ਉਹਦੇ ਬਾਕਸ ਆਫਿਸ ਕਲੈਕਸ਼ਨ ਸੋਹਣੇ ਹੋਣ ਤਾਂ ਮੈਨੂੰ ਲੱਗਦਾ ਉਹੀ ਚੀਜ਼ ਨੂੰ ਚੱਲੇ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ, ਮੈਂ ਗੌਰਵ ਰਾਣਾ ਅਤੇ ਤੁਸੀਂ ਦੇਖ ਰਹੇ ਹੋ ਗੂਗਲ ਬਾਲੀਵੁੱਡ। ਅੱਜ ਮੇਰੇ ਨਾਲ ਇੱਕ ਅਜਿਹਾ ਬੰਦਾ ਹੈ, ਮਤਲਬ ਜਿਹਦੀ ਮੈਂ ਜਿੰਨੀ ਤਾਰੀਫ ਕਰਾਂ ਨਾ, ਜਿੰਨੀ ਤਾਰੀਫ ਕਰਾਂ ਉੰਨੀ ਥੋੜ੍ਹੀ। ਉਹਨੇ ਆਪਦੀ ਗਾਇਕੀ ਨਾਲ ਤਾਂ ਲੋਕਾਂ ਦਾ ਮਨ ਮੋਹਿਆ ਹੀ। ਹੁਣ ਕਹਿੰਦੇ ਨਾ ਵੀ ਕਹਿੰਦੇ ਜਦੋਂ ਇੱਕ ਸੁੰਦਰ ਆਵਾਜ਼ ਇੱਕ ਵੱਡੇ ਪਰਦੇ 'ਤੇ ਨਿਕਲ ਕੇ ਆਉਂਦੀ ਹੈ ਨਾ ਤਾਂ ਉਹਦਾ ਰੂਪ ਕੁਛ ਨਜ਼ਾਰਾ ਹੀ ਹੁੰਦਾ। ਮੇਰੇ ਨਾਲ ਅਖਿਲ ਵੈਲਕਮ ਟੂ ਗੂਗਲ ਬਾਲੀਵੁੱਡ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਤੁਸੀਂ ਸੁਣਾਓ, ਠੀਕ ਠਾਕ? ਅਖਿਲ, ਖਵਾਬ ਤੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਕਿੱਦਾਂ ਦੇਖਦੇ ਹੋ ਆਪਦੇ ਆਪ ਨੂੰ, ਮਤਲਬ ਇੱਕ ਨੈਕਸਟ ਲੈਵਲ ਸਫ਼ਰ? ਬਹੁਤ ਵਧੀਆ ਸੀ, ਬਹੁਤ ਇੰਜੋਏ ਕੀਤਾ, ਬਹੁਤ ਚੰਗਾ ਲੱਗਿਆ। ਸਾਰੇ ਸਮੇਂ ਬਹੁਤ ਵਧੀਆ ਸੀ, ਹਿੱਟ ਹੋਣ ਤੋਂ ਪਹਿਲਾਂ ਦਾ ਵੀ, ਬਾਅਦ 'ਚ ਵੀ, ਹੁਣ ਤੱਕ ਵੀ ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਸਫ਼ਰ ਸੀ, ਬਹੁਤ ਸੋਹਣੀ ਜਰਨੀ ਸੀ। ਆਹ ਫਿਲਮ ਤੁਹਾਡੇ ਮੂਹਰੇ, ਹੁਣ ਫਿਲਮ ਵੀ ਆ ਰਹੀ ਹੈ, ਬਹੁਤ ਬਹੁਤ ਥੈਂਕਫੁਲ ਹਾਂ ਮੈਂ ਰੱਬ ਦਾ, ਆਪਣੀ ਟੀਮ ਦਾ, ਆਪਣੇ ਮੈਮ ਦਾ ਜਿਨ੍ਹਾਂ ਨੇ ਫਿਲਮ ਔਫਰ ਕੀਤੀ, ਆਪਣੇ ਘਰਦਿਆਂ ਦਾ, ਆਪਣੀ ਆਡੀਅੰਸ ਦਾ। ਸਭ ਤੋਂ ਜ਼ਿਆਦਾ ਉਹਨਾਂ ਦਾ ਥੈਂਕ ਯੂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਣਾਇਆ ਕਿ ਅੱਜ ਮੈਂ ਇੱਥੇ ਖੜਾਂ। ਤੁਹਾਡੀ ਜ਼ਿੰਦਗੀ 'ਚ ਦੀ ਮੈਂ ਅਗਰ ਜਰਨੀ ਦੀ ਗੱਲ ਕਰਾਂ, ਰਾਈਟ, ਬਹੁਤ ਵੱਡੇ ਵੱਡੇ ਹਿੱਟ ਗਾਣੇ ਗਏ ਆ, ਫਿਲਮ ਨੂੰ ਕਿੱਦਾਂ ਦੇਖਦੇ ਹੋ? ਮਤਲਬ ਫਿਲਮ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਪਹਿਲਾਂ ਔਫਰਸ ਨਹੀਂ ਆਈਆਂ ਹੋਣਗੀਆਂ, ਬੜੀਆਂ ਔਫਰਸ ਆਉਂਦੀਆਂ। ਇਸ ਫਿਲਮ 'ਚ ਤਾਂ ਕੀ ਯੂਨੀਕ ਸੀ ਕਿ ਜੀ ਅਖਿਲ ਨੇ ਸਿਰਫ ਇਸੇ ਫਿਲਮ ਨੂੰ ਹਾਂ ਕੀਤੀ? ਕਿਉਂਕਿ ਅਗਰ ਮੀਡੀਆ ਰਿਪੋਰਟਸ ਦੀ ਗੱਲ ਕਰੀਏ ਤਾਂ ਅਖਿਲ ਨੂੰ ਇਸ ਤੋਂ ਪਹਿਲਾਂ ਬਹੁਤ ਫਿਲਮਾਂ ਔਫਰ ਹੋਈਆਂ, ਅਖਿਲ ਨੇ ਇਹੀ ਫਿਲਮ ਕਿਉਂ ਚੁਣੀ? ਉਹ ਫਿਲਮਸ ਵੀ ਵਧੀਆ ਸੀਗੀਆਂ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ, ਮੈਨੂੰ ਪਹਿਲਾਂ ਵੀ ਕਿਸੇ ਨੇ ਕਿਹਾ ਕਿ ਤੂੰ ਉਹਨਾਂ ਨੂੰ ਠੁਕਰਾਇਆ ਕਿਉਂ, ਕਿਉਂਕਿ ਠੁਕਰਾਉਣਾ ਵਰਡ ਮੈਨੂੰ ਲੱਗਦਾ ਨਹੀਂ ਉਹ ਸਹੀ ਆ, ਉਹ ਕਿਉਂਕਿ ਉਹਦੇ ਕਰੈਕਟਰ 'ਚ ਮੈਨੂੰ ਠੀਕ ਨਹੀਂ ਸੀ ਲੱਗ ਰਹੀਆਂ ਮੈਨੂੰ, ਉਹਦੇ 'ਚ ਮੈਂ ਉਹ ਪਲੇ ਕਰੂੰ ਆਉਂਦਾ ਬੰਦਾ ਇੱਕਦਮ ਹੀ ਕੁਛ ਡਿਫਰੈਂਟ ਬਣ ਜਾਵੇ ਅਤੇ ਮੈਨੂੰ ਲੱਗਦਾ ਕਿਸੇ ਨੂੰ ਵੀ ਨਹੀਂ ਪਚਦਾ। ਜੇ ਮੈਂ ਵੀ ਕਿਸੇ ਨੂੰ ਦੇਖਾਂ ਤਾਂ ਆਪਣੀ ਆਡੀਅੰਸ ਵੀ ਥੋੜ੍ਹਾ ਜਿਹਾ ਉੱਦਾਂ ਉਹ ਦੇਖਦੇ ਆ ਕਿ ਇਹਨੂੰ ਕੀ ਹੋ ਗਿਆ ਇੱਕਦਮ, ਹੈ ਨਾ, ਵੀ ਇਹ ਕੀ ਕਰਨ ਲੱਗ ਪਿਆ। ਸੋ ਮੈਨੂੰ ਲੱਗਦਾ ਸੀ ਕਿ ਮੈਨੂੰ ਉਹੀ ਕਿਰਦਾਰ ਸਟਾਰਟ ਕਰਨਾ ਚਾਹੀਦਾ ਉਸ ਕਿਰਦਾਰ ਨਾਲ ਜਿਹੜਾ ਮੇਰੇ ਗਾਣਿਆਂ ਨਾਲ ਅਤੇ ਮੇਰੇ ਅਸਲੀ ਕਿਰਦਾਰ ਨਾਲ ਵੀ ਥੋੜ੍ਹਾ ਜਿਹਾ ਮਿਲਦਾ ਜੁਲਦਾ ਹੋਵੇ। ਐਕਸਪੈਰੀਮੈਂਟਸ ਬਾਅਦ ਵਿੱਚ ਕਰੀਦੇ ਹੁੰਦੇ ਆ, ਜਦੋਂ ਤੁਸੀਂ ਉਸ ਜ਼ੋਨ 'ਚ ਆ ਜਾਓ, ਫਿਲਮਾਂ ਤੁਹਾਡੀਆਂ ਚੱਲਣ ਲੱਗ ਪਵੇ, ਫਿਰ ਬੰਦਾ ਕਹਿੰਦਾ ਕਿ ਹੁਣ ਮੈਂ ਆਹ ਕਰਨਾ। ਸੋ ਮੈਨੂੰ ਲੱਗਦਾ ਸੀ ਕਿ ਇਹ ਫਿਲਮ ਸਟਾਰਟ ਕਰਨ ਲਈ ਬੈਟਰ ਸੀ, ਮੈਨੂੰ ਲੱਗਦਾ ਸੀ ਕਿ ਮੈਂ ਈਜ਼ੀਲੀ ਕਰ ਲਊਂਗਾ, ਨਿਭਾ ਲਊਂਗਾ। ਸੋ ਤਾਂ ਕਰਕੇ ਮੈਂ ਇਹ ਫਿਲਮ ਚੂਜ਼ ਕੀਤੀ। ਅਗਰ ਮੈਂ ਗੱਲ ਕਰਾਂ ਸਿਨੇਮੇ ਦੀ ਔਰ ਅੱਜ ਕੱਲ੍ਹ OTT ਦੀ, OTT ਦਾ ਟ੍ਰੈਂਡ ਬੜਾ ਚੱਲਿਆ ਹੋਇਆ ਔਰ ਪੰਜਾਬੀ ਫਿਲਮਾਂ ਨੂੰ ਜਿਹੜੇ ਮਤਲਬ ਜੋ ਓਪਨਿੰਗਸ ਲੱਗਣੀ ਚਾਹੀਦੀਆਂ ਸੀਗੀਆਂ ਉਹ ਨਹੀਂ ਲੱਗ ਰਹੀਆਂ, ਰਾਈਟ? ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਤਾਂ ਜੀ ਹੁਣ ਦੇਖੋ ਤਾਂ ਹੀ ਤਾਂ ਮੈਂ ਕੁਛ ਕਹਿ ਨਹੀਂ ਰਿਹਾ। ਅੱਜ ਮੈਨੂੰ ਸਾਰੇ ਪੁੱਛ ਰਹੇ ਕਿ ਫਿਲਮ ਬਹੁਤ ਵਧੀਆ ਤੈਨੂੰ ਕਿੱਦਾਂ ਲੱਗੀ। ਆਪਣੀ ਚੀਜ਼ ਨੂੰ ਬੰਦਾ ਵਧੀਆ ਹੀ ਕਹਿੰਦਾ ਹੁੰਦਾ, ਆਪਣੇ ਗਾਣੇ ਵੀ ਚੰਗੇ ਲੱਗਦੇ ਹੁੰਦੇ ਕਿਉਂਕਿ ਆਪਣੀ ਬਣਾਈ ਰੋਟੀ ਵੀ ਚੰਗੀ ਲੱਗਦੀ ਹੈ। ਸੋ ਮੈਨੂੰ ਇੱਦਾਂ ਲੱਗਦਾ ਕਿ ਜਦ ਤੱਕ ਕੋਈ ਚੀਜ਼ ਚੱਲ ਨਾ ਜਾਵੇ ਜਾਂ ਲੋਕ ਉਹਨੂੰ ਸਤਿਕਾਰ ਮਾਣ ਨਾ ਦੇ ਦੇਣ ਕਿ ਹਾਂ ਬਹੁਤ ਵਧੀਆ ਆ, ਬਹੁਤ ਸਵਾਦ ਆਇਆ, ਉਹਨਾਂ ਚਿਰ ਤੁਹਾਨੂੰ ਚੁੱਪ ਹੀ ਰਹਿਣਾ ਚਾਹੀਦਾ। ਔਰ ਇਹੀ ਰੂਲ ਆ ਕਿ ਲੋਕ ਤਾਰੀਫ ਕਰਨ ਜਾਂ ਲੋਕਾਂ ਨੂੰ ਪਸੰਦ ਆਵੇ ਜਾਂ ਉਹਦੇ ਬਾਕਸ ਆਫਿਸ ਕਲੈਕਸ਼ਨ ਸੋਹਣੇ ਹੋਣ ਤਾਂ ਮੈਨੂੰ ਲੱਗਦਾ ਉਹੀ ਚੀਜ਼ ਨੂੰ ਚੱਲੇ ਕਹਿੰਦੇ ਆ। ਪਰ ਠੀਕ ਆ, ਮੈਨੂੰ ਇੱਦਾਂ ਲੱਗਦਾ ਕਿ ਥੋੜ੍ਹਾ ਜਿਹਾ ਆਪਾਂ ਨੂੰ ਕੋਵਿਡ ਨੇ ਘਰ 'ਚ ਰਹਿਣਾ ਵੀ ਸਿਖਾਤਾ, ਆਪਾਂ ਜ਼ਿਆਦਾ ਚੂਜ਼ੀ ਹੋ ਗਏ ਹਾਂ, ਆਪਣੇ ਕੋਲ ਕੰਟੈਂਟ ਇੰਨਾ ਆ ਗਿਆ ਆ ਕਿ ਆਪਾਂ ਹੁਣ ਚੂਜ਼ ਕਰਕੇ ਦੇਖਦੇ ਹਾਂ ਕਿ ਆਪਾਂ ਰਿਵਿਊਜ਼ ਪੜ੍ਹਦੇ ਹਾਂ ਜਾਣ ਤੋਂ ਪਹਿਲਾਂ। ਹੁਣ ਅਸੀਂ ਵੀ ਫਿਲਮ ਦੇਖਣ ਜਾਈਦਾ ਸੀ, ਪਹਿਲਾਂ ਰਿਵਿਊਜ਼ ਪੜ੍ਹੀ ਦਾ ਕੀ ਕਹਿ ਰਿਹਾ, ਔਰ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਇਹਦੇ ਵਿੱਚੋਂ ਜੈਨੂਇਨ ਰਿਵਿਊਜ਼ ਕਿਹੜੇ ਆ। ਸੋ ਤਾਂ ਕਰਕੇ ਮੈਨੂੰ ਲੱਗਦਾ ਕੰਪੀਟੀਸ਼ਨ ਹਾਰਡ ਆ, ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਦੋਂ ਪੰਜਾਬੀ ਫਿਲਮਾਂ ਲੱਗਦੀਆਂ ਸਾਰੀਆਂ ਪੰਜਾਬੀ ਫਿਲਮਾਂ ਨੂੰ ਸਪੋਰਟ ਕਰਨਾ ਚਾਹੀਦਾ, ਪੰਜਾਬੀ ਸਿਨੇਮੇ ਨੂੰ ਸਪੋਰਟ ਕਰਨਾ ਚਾਹੀਦਾ ਤਾਂ ਕਿ ਆਪਾਂ ਹੋਰ ਪ੍ਰੋਗਰੈਸ ਕਰ ਸਕੀਏ। ਜੇ ਮੈਂ ਗੱਲ ਅਗਰ ਫਿਲਮਾਂ ਦੀ ਗੱਲ ਕਰਾਂ, ਰਾਈਟ, ਜੇ ਮੈਂ OTT ਸਿਨੇਮਾ, ਆਪਾਂ ਗੱਲ ਕਰ ਰਹੇ ਸੀ OTT ਸਿਨੇਮਾ ਦੀ ਔਰ ਫਿਲਮਾਂ ਦੇ ਕਲੈਸ਼ਿਜ਼ ਵੀ ਬੜੇ ਹੁੰਦੇ ਆ ਅੱਜ ਕੱਲ੍ਹ, ਜੇ ਮੈਂ ਇਸ ਫਿਲਮ ਦੀ ਗੱਲ ਕਰਾਂ, ਬੇਸਿਕ ਅਗਰ ਮੈਂ ਮਤਲਬ ਅਖਿਲ ਦੀ ਗੱਲ ਕਰਾਂ, ਅਖਿਲ ਦਾ ਅਜਿਹਾ ਕਿਹੜਾ ਰੂਪ ਦੇਖਣ ਨੂੰ ਮਿਲੇਗਾ, ਮਤਲਬ ਉਹਦੇ ਫੈਨਸ ਨੂੰ ਜਿਹੜਾ ਹਾਲੇ ਤੱਕ ਨਹੀਂ ਦੇਖਣ ਨੂੰ ਮਿਲਿਆ? ਵੈਸੇ ਇਹ ਬੜੀ ਕਿਊਰੀਓਸਿਟੀ ਹੈ ਸਾਰਿਆਂ 'ਚ ਕਿ ਤੇਰੀ ਮੇਰੀ ਗੱਲ ਬਣ ਗਈ 'ਚ ਅਖਿਲ ਦਾ ਕਿੱਦਾਂ ਦਾ ਕਰੈਕਟਰ ਦੇਖਣ ਨੂੰ ਮਿਲੇਗਾ? ਬਸ ਮੈਨੂੰ ਲੱਗਦਾ ਸਭ ਤੋਂ ਸਪੈਸ਼ਲ ਚੀਜ਼ ਤਾਂ ਇਹੀ ਹੋਣੀ ਆ ਕਿ ਲੋਕਾਂ ਨੇ ਮੈਨੂੰ ਕਦੀ ਜ਼ਿਆਦਾ ਬੋਲਦੇ ਗੱਲਾਂ ਕਰਦੇ, ਜਿੱਦਾਂ ਹੁਣ ਵੀ ਅੱਜ ਸਵੇਰ ਦੀਆਂ ਕਿੰਨੀਆਂ ਗੱਲਾਂ ਕਰ ਲਈਆਂ ਇਹਦੇ 'ਚ ਨਹੀਂ ਦੇਖਿਆ, ਕਿਉਂਕਿ ਮੈਂ ਸਨੈਪਚੈਟਸ ਜਾਂ ਇੰਸਟਾਗ੍ਰਾਮ ਸਟੋਰੀਜ਼ ਜਾਂ ਕਿਤੇ ਵੀ ਲਾਈਵ ਵੀ ਘੱਟ ਹੀ ਹੁੰਦਾ। ਸੋ ਲੋਕਾਂ ਨੇ ਮੈਨੂੰ ਬੋਲਦੇ ਗੱਲਾਂ ਕਰਦੇ ਜਾਂ ਮੇਰੇ ਸੁਭਾਅ ਨੂੰ ਜਾਣ ਦੀਆਂ ਚੀਜ਼ਾਂ ਘੱਟ ਵੇਖੀਆਂ, ਐਕਟਿੰਗ ਕਰਦੇ ਨਹੀਂ ਵੇਖਿਆ ਜਾਂ ਗੱਲਾਂ ਕਰਦੇ ਨਹੀਂ ਵੇਖਿਆ, ਕੋਈ ਰੋਲ ਨਿਭਾਉਂਦੇ ਨਹੀਂ ਵੇਖਿਆ,
ਤੇ ਉਹਨਾਂ ਨੇ ਮੈਨੂੰ ਐਦ ਕੀ ਚੱਲਦਾ ਫਿਰਦਾ ਬੋਲਦਾ ਸੁਣਨਾ। ਮੈਂ ਵੈਸੇ ਇੱਕ ਕੁਐਸਚਨ ਪੁੱਛਣਾ ਵੀ ਸੀ ਤੁਹਾਡੇ ਤੋਂ, ਅਖਿਲ ਹਮੇਸ਼ਾ ਸੋਸ਼ਲ ਮੀਡੀਆ ਤੋਂ ਦੂਰ ਕਿਉਂ ਰਹਿੰਦਾ? ਕਿਉਂਕਿ ਮੈਨੂੰ ਇਦਾਂ ਹੀ ਪਸੰਦ ਆ, ਮੈਨੂੰ ਲੱਗਦਾ ਕਿ ਹਰ ਚੀਜ਼ ਵੀ ਦੱਸਣੀ ਜ਼ਰੂਰੀ ਨਹੀਂ ਹੁੰਦੀ, ਥੋੜ੍ਹਾ ਜਿਹਾ ਆਪਣੀ ਜ਼ਿੰਦਗੀ ਵੀ ਹੋਣੀ ਚਾਹੀਦੀ ਹੈ, ਕਿਉਂਕਿ ਮੈਂ ਕਲਾਕਾਰ ਹੋਣ ਦੇ ਨਾਲ ਨਾਲ ਇਨਸਾਨ ਵੀ ਹਾਂ। ਸੋ ਮੈਨੂੰ ਇੱਦਾਂ ਲੱਗਦਾ ਕਿ ਮੇਰੀ ਵੀ ਆਪਣੀ ਜ਼ਿੰਦਗੀ ਆ, ਮੈਂ ਕੀ ਖਾ ਰਿਹਾ, ਕੀ ਕਰ ਰਿਹਾ, ਕੀ ਬੋਲ ਰਿਹਾ, ਕੀ ਪਹਿਨ, ਇਹ ਜ਼ਰੂਰੀ ਨਹੀਂ ਮੈਂ ਸਾਰਿਆਂ ਨੂੰ ਦੱਸਾਂ। ਜਿੱਦਾਂ ਸਾਰੇ ਆਪਣੀ ਆਪਣੀ ਜ਼ਿੰਦਗੀ ਜਿਉਂਦੇ ਆ, ਮੈਨੂੰ ਲੱਗਦਾ ਮੇਰੇ ਤੋਂ ਵੀ ਇੱਕ ਹੀ ਜ਼ਿੰਦਗੀ ਆ, ਅਤੇ ਕੁਛ ਚੀਜ਼ਾਂ ਮੈਨੂੰ ਆਪਣੇ ਪ੍ਰਾਈਵੇਟ ਵੀ ਰੱਖਣੀਆਂ ਚਾਹੀਦੀਆਂ। ਤੁਹਾਡਾ ਕਹਿਣਾ ਇਹ ਹੈ ਕਿ ਆਰਟਿਸਟ ਹੋਣ ਦੇ ਨਾਲ ਨਾਲ ਮੈਂ ਇੱਕ ਇਨਸਾਨ ਵੀ ਹਾਂ, ਮੈਂ ਹਰ ਇੱਕ ਚੀਜ਼ ਹਰ ਇੱਕ ਨਾਲ ਸ਼ੇਅਰ ਨਹੀਂ ਕਰ ਸਕਦਾ। ਜੇ ਮੈਂ ਗੱਲ ਫਿਲਮ ਦੀ ਕਰੀਏ, ਪ੍ਰੀਤੀ ਸਪਰੂ ਮੈਮ ਬਹੁਤ ਵੱਡੇ ਸਟਾਰ ਨੇ, ਰੁਬੀਨਾ ਨੇ ਬਹੁਤ ਸਾਰੀਆਂ ਪਿਕਚਰਾਂ ਕੀਤੀਆਂ ਹੋਈਆਂ ਨੇ, ਤੁਹਾਡਾ ਡੈਬਿਊ ਹੋਣ ਜਾ ਰਿਹਾ ਔਰ ਉਹ ਵੀ ਬਹੁਤ ਵੱਡੇ ਲੈਵਲ ਦੇ, ਰਾਈਟ? ਕਿੱਦਾਂ ਦਾ ਐਕਸਪੀਰੀਅੰਸ ਰਿਹਾ ਰੁਬੀਨਾ ਨਾਲ ਕੰਮ ਕਰਕੇ, ਪ੍ਰੀਤੀ ਮੈਮ ਨਾਲ ਕੰਮ ਕਰਕੇ, ਬਾਕੀ ਪ੍ਰੋਡਕਸ਼ਨ ਟੀਮ ਨਾਲ? ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਸਾਰਿਆਂ ਨੇ ਬਹੁਤ ਸਪੋਰਟ ਕੀਤਾ। ਮੇਰੀ ਪਹਿਲੀ ਫਿਲਮ ਸੀ, ਬਾਕੀ ਸਾਰੇ ਤੁਹਾਨੂੰ ਪਤਾ ਕਹਿੰਦੇ ਕਹਾਉਂਦੇ ਕਲਾਕਾਰ ਸੀ, ਸਾਰੇ ਦਿੱਗਜ ਸੀਗੇ। ਰੁਬੀਨਾ ਜੀ ਦੀਆਂ ਵੀ 5-6 ਫਿਲਮਾਂ ਆਈਆਂ ਹੋਈਆਂ ਸੀਗੀਆਂ, ਸੋ ਮੈਂ ਹੀ ਨਵਾਂ ਸੀ, ਮੈਨੂੰ ਸਾਰਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ, ਪੇਸ਼ੈਂਸ ਸਿੱਖਣ ਨੂੰ ਮਿਲੀ ਕਿ ਆਪਣੇ ਰੋਲ ਦੀ ਵੇਟ ਕਰਨੀ ਸਾਰਾ ਦਿਨ ਬੈਠ ਕੇ, ਜਾਂ ਸਭ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਦੋਂ ਤੁਸੀਂ ਐਡੇ ਲੈਜੈਂਡਸ ਨਾਲ ਕੰਮ ਕਰਦੇ ਹੋ। ਅਗਰ ਮੈਂ ਜਾਂਦੇ ਜਾਂਦੇ ਅਗਰ ਮੈਂ ਗੱਲ ਕਰਾਂ ਅਖਿਲ ਦੀ ਲਾਈਫ ਦਾ, ਉਹ ਇੱਕ ਮੂਮੈਂਟ ਜਿਹੜਾ ਫਿਲਮ 'ਚ ਉਹਨੇ ਜੀਆ ਹੋਏ, ਸਾਰੀ ਫਿਲਮ ਹੀ ਮੈਂ ਆਪਣੀ ਲਾਈਫ ਜੀ ਆ, ਸਾਰੇ ਉਹ ਫਿਲਮ 'ਚ ਉਹੀ ਕਿਰਦਾਰ ਆ। ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਜੋ ਮੈਂ ਅਸਲ 'ਚ ਸੀਗਾ, ਜਾਂ ਮੈਂ ਅਸੀਂ ਇੱਕ ਆਪਣੀ ਕਾਲਜ ਲਾਈਫ 5-6 ਸਾਲ ਬਾਅਦ ਦੁਬਾਰਾ ਜੀ ਆ, ਸੋ ਵਧੀਆ ਸੀ, ਸਾਰਾ ਅਸਲੀ ਕਿਰਦਾਰ ਹੀ ਆ ਉਹ। ਜਾਂਦੇ ਜਾਂਦੇ ਫਿਰ ਇੱਕ ਵਾਰੀ ਹੋ ਜਾਏ ਦਰਸ਼ਕਾਂ ਵਾਸਤੇ, ਹੋ ਜਾਏ ਜਦੋਂ ਮੇਰੇ ਖਾਬਾ ਵਾਲੀ ਰਾਹ ਸੁਣਿਆ, ਕਿਉਂਕਿ ਤੁਹਾਡਾ ਜਿਹੜਾ ਵੀ ਗਾਣਾ ਹੈ ਨਾ, ਉਹਨੇ ਐਡਾ ਵੱਡਾ ਮਾਈਲਸਟੋਨ ਬਣਾਇਆ, ਉਹਨੇ ਬਹੁਤ ਵੱਡੇ ਵੱਡੇ ਰਿਕਾਰਡ ਤੋੜੇ ਨੇ, ਇਹ ਗੱਲ ਤੁਹਾਨੂੰ ਵੀ ਪਤਾ, ਇਹ ਗੱਲ ਮੈਨੂੰ ਵੀ ਪਤਾ, ਤੇ ਜਾਂਦੇ ਜਾਂਦੇ ਫੈਨਸ ਵਾਸਤੇ ਇੱਕ ਵਾਰੀ ਫਿਰ ਗਾਣਾ ਹੋ ਜਾਏ। ਮੈਂ ਜਦੋਂ ਤੇਰੇ ਖੁਆਬਾਂ ਵਾਲੇ ਰਾਹ ਤੁਰਿਆ, ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ, ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ, ਮੈਂ ਰਵਾਂ ਤੇਰੇ ਨਾਲ ਉਹਨਾਂ ਵਾਂਗੂ ਜੁੜਿਆ। ਜਾਂਦੇ ਜਾਂਦੇ ਆਪਦੇ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੋਗੇ ਫੈਨਸ ਨੂੰ? ਕਹਿਣਾ ਚਾਹੁੰਦਾ ਜੀ, ਇਹੀ ਕਹਿਣਾ ਚਾਹੁੰਦਾ ਕਿ 9 ਸਤੰਬਰ ਨੂੰ ਜਾ ਕੇ ਆਪਣੇ ਪਰਿਵਾਰਾਂ, ਆਪਣੀ ਫੈਮਿਲੀ ਦੇ ਨਾਲ ਤੇਰੀ ਮੇਰੀ ਗੱਲ ਬਣ ਗਈ ਫਿਲਮ ਜ਼ਰੂਰ ਦੇਖਿਓ, ਤੁਹਾਡੀ ਬਹੁਤ ਮਿਹਰਬਾਨੀ ਹੋਊਗੀ। ਥੈਂਕ ਯੂ ਸੋ ਮਚ ਅਖਿਲ, ਥੈਂਕਸ ਫੋਰ ਗਿਵਿੰਗ ਟਾਈਮ।